ਸੋ ਸਭ ਤੋਂ ਪਹਿਲਾਂ ਇਹਦਾ ਹੱਕਦਾਰ ਮੇਰੇ ਬੜੇ ਭਰਾ ਗੌਰਵ ਜੀ ਨੇ, ਤੋ ਇਹ ਸਾਰਾ ਕ੍ਰੈਡਿਟ ਸਭ ਤੋਂ ਪਹਿਲਾਂ ਮੇਰਾ ਨਾਮ ਤਰੁਣ ਸ਼ਰਮਾ ਜੀ, ਮੈਂ ਪਿਛਲੇ ਦਿਨ ਇੱਥੇ ਧਰਨੇ 'ਤੇ ਬੈਠਾ ਸੀਗਾ ਗੌਰਵ ਭਾਅ ਜੀ ਨੂੰ ਲੈ ਕੇ। ਸੋ ਅੱਜ ਦਿਲੋਂ ਧੰਨਵਾਦ ਕਰਦਾ ਕਿ ਮੈਨੂੰ ਇੱਕ ਆਊਟਸੋਰਸ ਥਾਂ ਛੋਟੀ ਜਿਹੀ ਨੌਕਰੀ ਖੰਨਾ ਵਿਖੇ ਨਗਰ ਕੌਂਸਲਰ ਦੇ ਵਿੱਚ ਕਲੈਰੀਕਲ ਪੋਸਟ ਦਿੱਤੀ ਗਈ ਹੈ, ਜੋ ADC ਸਾਹਿਬ ਔਰ DC ਸਾਹਿਬ ਔਰ MLA ਔਰ ਖੰਨਾ ਦੇ ਪ੍ਰਸ਼ਾਸਨ ਵੱਲੋਂ ਮੈਨੂੰ ਨਿਯੁਕਤ ਕੀਤਾ ਗਿਆ ਹੈ। ਸੋ ਦਿਲੋਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਕਿ ਉਹਨਾਂ ਨੇ ਮੇਰੀ ਆਵਾਜ਼ ਸੁਣੀ ਤੁਹਾਡੇ ਸਾਰਿਆਂ ਦੇ ਚੈਨਲ ਦੇ ਮਾਧਿਅਮ ਰਾਹੀਂ। ਸੋ ਦਿਲੋਂ ਧੰਨਵਾਦ ਤੁਹਾਡਾ ਪ੍ਰੈਸ ਮੀਡੀਆ ਦਾ ਕਿ ਤੁਸੀਂ ਸੱਚਾਈ ਦਿਖਾਈ ਅਤੇ ਮੇਰੀ ਆਵਾਜ਼ ਨੂੰ ਬੁਲੰਦ ਕਰਕੇ ਅੱਜ ਮੇਰਾ ਹੱਕ ਦਿਵਾਉਣ 'ਚ ਮੇਰਾ ਸਾਥ ਦਿੱਤਾ। ਸੋ ਮੈਂ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦੀ ਹਾਂ, ਚਾਹੇ ਉਹ ਪ੍ਰੈਸ ਮੀਡੀਆ ਹੈ ਚਾਹੇ ਉਹ ਇਲੈਕਟ੍ਰਿਕ ਮੀਡੀਆ ਹੈ। ਜੀ ਬਾਈ ਜੀ, ਮੈਨੂੰ ਖੰਨਾ ਦੇ ਵਿੱਚ ਨਗਰ ਨਿਗਮ ਦੇ ਵਿੱਚ ਕਲੈਰੀਕਲ ਪੋਸਟ 'ਤੇ ਭਰਤੀ ਕੀਤਾ ਗਿਆ, ਜੋ ਮੈਂ ਕੱਲ੍ਹ ਜੁਆਇਨ ਕਰ ਚੁੱਕਿਆ, ਔਰ ਅੱਜ ਮੈਂ ADC ਅਤੇ DC ਮੈਡਮ ਦਾ ਦਿਲੋਂ ਧੰਨਵਾਦ ਕਰਨ ਆਇਆ ਕਿ ਤੁਸੀਂ ਮੇਰੇ ਗਰੀਬ 'ਤੇ ਆਪਣਾ ਹੱਥ ਰੱਖਿਆ। ਤਰੁਣ, ਕਿਵੇਂ ਦੇ ਦਿਓ 18 ਮੈਡਲ ਜਿੱਤੇ ਪਰ ਇੰਨੇ ਸਾਲ ਲੱਗ ਗਏ, ਸਰਕਾਰਾਂ ਬਦਲਦੀਆਂ ਗਈਆਂ, ਪਰ ਨੌਕਰੀ ਦਾ ਤੁਹਾਡਾ ਤੁਸੀਂ ਜਾਣਦੇ ਰਹੇ, ਹਰ ਇੱਕ ਮੁੱਖ ਮੰਤਰੀ ਦਾ ਤੁਸੀਂ ਦਰਵਾਜ਼ਾ ਖੜਕਾਇਆ, ਪਰ ਹੁਣ ਜਾ ਕੇ ਇੰਨੀ ਲੇਟ, ਮੀਤੇ ਨੇ ਵੀ ਤੁਹਾਡੇ ਨਾਲ ਧਰਨੇ ਬੈਠੇ ਸੀਗੇ। ਜੀ ਦੇਖੋ, ਕਹਿੰਦੇ ਨਾ ਕਿ ਦੇਰ ਆਏ ਦਰੁਸ ਆਏ, ਸੋ ਮੈਂ ਇਹੀ ਸਮਝੂਗਾ ਕਿ ਅੱਜ ਮੇਰਾ ਲੱਕੀ ਦਿਨ ਹੈ, ਅੱਜ ਮੇਰੇ ਉਸ ਬਾਪ ਦਾ ਸੁਪਨਾ ਪੂਰਾ ਹੋ ਗਿਆ ਜਿਹੜਾ ਇਸ ਦੁਨੀਆਂ ਨੂੰ ਜਾਂਦੇ ਜਾਂਦੇ ਇਹ ਅੱਖਾਂ 'ਚ ਸੁਪਨਾ ਲੈ ਗਿਆ ਕਿ ਮੇਰੇ ਪੁੱਤ ਨੂੰ ਸਰਕਾਰੀ ਨੌਕਰੀ ਮਿਲੂਗੀ। ਸੋ ਮੈਂ ਦਿਲੋਂ ਧੰਨਵਾਦ ਕਰਦਾ ਪ੍ਰਸ਼ਾਸਨ ਦਾ, ਖੰਨੇ ਦੀ, ਪੂਰੇ ਪੰਜਾਬ ਦੇ ਪ੍ਰਸ਼ਾਸਨ ਦਾ, ਜਿਨ੍ਹਾਂ ਨੇ ਮੇਰੀ ਸੁਣਵਾਈ ਕੀਤੀ ਪਹਿਲ ਦੇ ਆਧਾਰ 'ਤੇ। ਤੁਹਾਨੂੰ ਦੱਸ ਨਹੀਂ ਸਕਦਾ, ਅੱਖਾਂ ਭਰੀਆਂ ਹੋਈਆਂ ਨੇ, ਅਤੇ ਇੱਕੋ ਅਰਦਾਸ ਹੈ ਕਿ ਰੱਬ ਸਭ ਨੂੰ ਖੁਸ਼ੀਆਂ ਦੇਵੇ ਜਿਵੇਂ ਅੱਜ ਮੈਨੂੰ ਦਿੱਤੀ ਹੈ। ਦੇਖੋ, ਮੈਂ ਹਮੇਸ਼ਾ ਕਹਿੰਦਾ ਕਿ ਦਿਲ ਦੁਖਾ ਹੈ ਲੇਕਿਨ ਟੂਟਾ ਤੋਂ ਨਹੀਂ ਹੈ, ਉਮੀਦ ਕਾ ਦਾਮਨ ਛੂਟਾ ਤੋਂ ਨਹੀਂ ਹੈ। ਤਰੁਣ ਸ਼ਰਮਾ ਪੈਰਾ ਕਰਾਟੇ ਦਾ, ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਇਕਲੌਤਾ ਖਿਡਾਰੀ ਜਿਹਨੇ ਇੰਟਰਨੈਸ਼ਨਲ 18 ਮੈਡਲ ਅਤੇ ਨੈਸ਼ਨਲ ਦਾ ਪਤਾ ਹੀ ਨਹੀਂ ਕਿੰਨੇ ਮੈਡਲ ਜਿੱਤੇ ਹੋਣ, ਜਿਹੜਾ ਇੰਸਪੀਰੇਸ਼ਨ ਹੋਵੇ ਪੰਜਾਬ ਦੇ ਯੁਵਾਵਾਂ ਲਈ, ਰੋਲ ਮਾਡਲ ਹੋਵੇ ਉਸ ਨੌਜਵਾਨ ਨੂੰ। ਕਈ ਸਾਲਾਂ ਬਾਅਦ ਸਰਕਾਰਾਂ ਬਦਲਦੀਆਂ ਗਈਆਂ, ਕਈ ਆਈਆਂ ਕਈ ਗਈਆਂ, ਧੱਕੇ ਖਾਣੇ ਪਏ, ਆਪਣੇ ਹੱਕ ਸੱਚ ਲਈ ਲੜਨਾ ਪਿਆ, ਲੇਕਿਨ ਅੱਜ ਇਹ ਲੜਾਈ, ਮੈਂ ਜਿੱਤ ਹਾਰ ਨਹੀਂ ਕਹਾਂਗਾ, ਮੈਂ ਹੱਕ ਸੱਚ ਦੀ ਲੜਾਈ ਕਹਾਂਗਾ, ਔਰ ਇਹ ਹੱਕ ਸੱਚ ਦੀ ਲੜਾਈ ਜਿਹੜਾ ਤਰੁਣ ਨੂੰ ਉਹਦਾ ਹੱਕ ਮਿਲਿਆ ਵੈ, ਇਹ ਨੌਕਰੀ ਜਿਹੜੀ ਉਹਨੂੰ ਆਊਟਸੋਰਸ 'ਤੇ, ਸਰਕਾਰੀ ਨੌਕਰੀ ਨਹੀਂ ਦੋਸਤ, ਆਊਟਸੋਰਸ 'ਤੇ ਉਹਨੂੰ ਨੌਕਰੀ ਦਿੱਤੀ ਗਈ ਹੈ ਨਗਰ ਨਿਗਮ ਖੰਨਾ ਵੱਲੋਂ ਦਿੱਤੀ ਗਈ ਹੈ, DC ਰੇਟਾਂ 'ਤੇ ਦਿੱਤੀ ਗਈ ਹੈ, ਜੋ ਸੱਚ ਹੈ ਮੈਂ ਮੀਡੀਆ ਸਾਹਮਣੇ ਪਹਿਲਾਂ ਤਾਂ ਬਿਆਨ ਕਰਾਂਗਾ। ਔਰ ਦੂਸਰੀ ਗੱਲ, ਜਿਵੇਂ ਕਿ ਤਰੁਣ ਨੇ ਕਿਹਾ ਦੇਰ ਆਏ ਦਰੁਸਤ ਆਏ, ਮੈਂ ਧੰਨਵਾਦ ਪਹਿਲਾਂ ਤਾਂ ਕਰਨਾ ਚਾਹੂੰਗਾ ਮੌਜੂਦਾ ਸਰਕਾਰ ਦਾ, ਭਗਵੰਤ ਮਾਨ ਦਾ, ਮੀਤ ਹਾਇਰ ਦਾ, DC ਸਾਹਿਬ ਦਾ, ADC ਸਾਹਿਬ ਦਾ, ਖੰਨਾ ਪ੍ਰਸ਼ਾਸਨ ਦਾ, ਔਰ ਸਭ ਤੋਂ ਪਹਿਲੇ ਜੇ ਮੈਂ ਆਪਣਾ ਸਿਰ ਝੁਕਾ ਕੇ ਕਿਸੇ ਦਾ ਧੰਨਵਾਦ ਕਰਨਾ ਚਾਹੂੰਗਾ ਤਾਂ ਉਹ ਹੈ ਮੇਰੇ ਪੰਜਾਬ ਦਾ, ਮੇਰੇ ਲੁਧਿਆਣੇ ਦਾ, ਮੇਰੇ ਖੰਨੇ ਦਾ ਮੀਡੀਆ, ਉਹ ਮੀਡੀਆ ਜਿਹਨੇ ਤਰੁਣ ਦੀ ਆਵਾਜ਼ ਜਿੱਥੇ ਤੱਕ ਪਹੁੰਚਾਉਣੀ ਚਾਹੀਦੀ ਸੀ ਉਹ ਪਹੁੰਚਾਈ, ਉਹ ਮੀਡੀਆ ਜਿਹੜਾ ਲੋਕਤੰਤਰ ਦੀ ਆਵਾਜ਼ ਹੈ, ਉਹ ਮੀਡੀਆ ਜਿਹੜਾ ਕਹਿੰਦੇ ਡੈਮੋਕ੍ਰੇਸੀ ਦੀ ਚੌਥੀ ਲੱਤ ਹੈ, ਉਹ ਮੀਡੀਆ ਜਿਹੜਾ ਅੱਜ ਵੀ ਲੋਕਾਂ ਦੇ ਹੱਕ ਸੱਚਾਂ ਲਈ ਖੜਾ ਹੈ।
ਤਰੁਣ ਦਾ ਹੱਕ ਦਿਲਾਉਣ ਦੇ ਵਿੱਚ ਜੋ ਯੋਗਦਾਨ ਮੀਡੀਆ ਨੇ ਨਿਭਾਇਆ ਹੋਇਆ, ਮੈਂ ਨਹੀਂ ਸਮਝਦਾ ਕਿਸੇ ਹੋਰ ਨੇ ਨਿਭਾਇਆ ਹੋਇਆ। ਮੈਂ ਇੱਕੋ ਗੱਲ ਕਹਿੰਦਾ ਕਿ ਤਰੁਣ ਵਰਗੇ ਲੱਖਾਂ ਨੌਜਵਾਨ ਹਲੇ ਪੰਜਾਬ ਦੇ ਵਿੱਚ ਐਸੇ ਹੋਣਗੇ ਜਿਹੜੇ ਖੇਡਾਂ ਖੇਡਦੇ ਹੋਣਗੇ ਜਾਂ ਖੇਡਾਂ ਖੇਡਣਾ ਚਾਹੁੰਦੇ ਹੋਣਗੇ। ਜੇ ਸਰਕਾਰਾਂ ਉਹਨਾਂ ਦਾ ਸਾਥ ਦੇਣਗੀਆਂ, ਉਹਨਾਂ ਦਾ ਹੱਕ ਦੇਣਗੀਆਂ, ਤਾਂ ਉਹ ਖਿਡਾਰੀ ਸੋਚ ਕੇ ਦੇਖੋ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ, ਇੰਡੀਆ ਇੰਡੀਆ ਭਾਰਤ ਦੇਸ਼ ਦਾ ਨਾਮ ਕਿੱਥੇ ਤੱਕ ਬੁਲੰਦੀਆਂ ਤੱਕ ਲੈ ਕੇ ਜਾਣਗੇ। ਸੋ ਇਹਨਾਂ ਖਿਡਾਰੀਆਂ ਦਾ ਸਾਥ ਦੇਣਾ ਚਾਹੀਦਾ ਵੈ, ਨਾਲ ਖੜਨਾ ਚਾਹੀਦਾ ਵੈ। ਮੈਂ ਇੱਕ ਵਾਰੀ ਫਿਰ ਆਪਣੇ ਸਰਕਾਰਾਂ ਨੂੰ, ਆਪਣੇ ਪ੍ਰਸ਼ਾਸਨ ਨੂੰ, ਔਰ ਮੈਂ ਸਾਰੇ ਉਹਨਾਂ ਆਦਮੀਆਂ ਨੂੰ ਜਿਨ੍ਹਾਂ ਨੇ ਤਰੁਣ ਸ਼ਰਮੇ ਦਾ ਸਾਥ ਦਿੱਤਾ, ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਧੰਨਵਾਦ ਜੀ।